ਸਾਡੇ ਦਰਮਿਆਨ ਪਹੁੰਚੇ ਹੋਏ ਹਨ ਬਿੱਟੂ ਬਰਾੜ ਜੀ ਜੋ ਕਿ ਸੀਨੀਅਰ ਆਗੂ ਅਕਾਲੀ ਦਲ ਦੇ ਹਨ ਤੇ ਦੂਸਰੇ ਪਾਸੇ ਪ੍ਰੇਮ ਗੁਲਾਟੀ ਜੀ ਜੋ ਕਿ ਸੀਨੀਅਰ ਆਗੂ ਕਾਂਗਰਸ ਦੇ ਹਨ ਅਤੇ ਤੀਸਰੇ ਪਾਸੇ ਡਾਕਟਰ ਪ੍ਰਕਾਸ਼ ਭੱਟੀ ਜੀ ਜੋ ਕਿ ਸੀਨੀਅਰ ਆਗੂ ਆਮ ਆਦਮੀ ਪਾਰਟੀ ਦੇ ਹਨ ਅਤੇ ਚੌਥੇ ਪਾਸੇ ਦੀਪਕ ਸਾਨੀ ਜੀ ਜੋ ਕਿ ਸੀਨੀਅਰ ਆਗੂ BSP ਦੇ ਹਨ ਬਹੁਜਨ ਸਮਾਜ ਪਾਰਟੀ ਦੇ ਹਨ। ਅੱਜ ਅਸੀਂ ਇਸ ਵਿਸ਼ੇਸ਼ ਮੌਕੇ ਤੇ ਕੁਝ ਸਵਾਲ ਸਾਂਝੇ ਕਰਨਾ ਚਾਹੁੰਦੇ ਹਾਂ। ਮੇਰਾ ਪਹਿਲਾ ਸਵਾਲ ਬਰਾੜ ਸਾਹਿਬ ਤੁਹਾਨੂੰ ਹੈ, ਹੁਣ ਤੁਹਾਨੂੰ ਪਤਾ ਹੀ ਆ ਕਿ ਵੋਟਾਂ ਦਾ ਬਹੁਤ ਜ਼ੋਰ ਚੱਲ ਰਿਹਾ ਹੈ, ਇਸ ਕਰਕੇ ਤੁਸੀਂ ਕਿਵੇਂ ਦੀ ਤਿਆਰੀ ਕਰ ਰਹੇ ਹੋ? ਦੇਖੋ ਜੀ, ਸਾਡੀਆਂ ਤਿਆਰੀਆਂ ਬਹੁਤ ਵਧੀਆ ਚੱਲ ਰਹੀਆਂ ਨੇ। ਅਸੀਂ ਆਪਣਾ ਸਾਰਾ ਵੋਟਾਂ ਦਾ ਸਮਾਨ ਲੋਕਾਂ ਦੇ ਘਰਾਂ ਤੱਕ ਪਹੁੰਚਦਾ ਕੀਤਾ ਹੈ ਤੇ ਆਪਣੇ ਆਫਿਸਾਂ ਤੱਕ ਪਹੁੰਚਦਾ ਕੀਤਾ ਹੋਇਆ ਹੈ। ਤੇ ਵੇਖੋ ਮੇਰੀ ਗੱਲ ਸੁਣੋ, ਕਿਹੜੇ ਸਮਾਨ ਦੀ ਗੱਲ ਕਰ ਰਹੇ ਨੇ? ਕਲੀਅਰ ਕਰਕੇ ਦੱਸਾਂ, ਨਸ਼ੇ ਪੱਤੇ ਦੀ ਗੱਲ ਕਰ ਰਹੇ ਨੇ? ਮੈਂ ਨਸ਼ੇ ਪੱਤੇ ਦੀ ਗੱਲ ਕੀਤੀ ਹੈ? ਮੈਂ ਸਮਾਨ ਆਪਣੇ ਜਿਵੇਂ ਪੋਸਟਰ ਬੈਨਰ ਹੈ ਸਾਰਾ ਸਮਾਨ ਆਪਣੇ ਦੇਖੋ ਮੈਂ ਕਲੀਅਰ ਕਰਕੇ ਦੱਸਾਂ ਨਾ ਉਜਾਲਾ ਲੋਕਾਂ ਤੱਕ ਪਹੁੰਚਦਾ ਕੀਤਾ ਹੈ ਤੇ ਜਿਸ ਨਾਲ ਵੋਟਾਂ ਦਾ ਕੰਮ ਚੱਲਦਾ ਚੱਲਦਾ ਰਹੇ। ਅਗਲਾ ਸਵਾਲ ਪ੍ਰੇਮ ਗੁਲਾਟੀ ਜੀ ਤੁਹਾਨੂੰ ਹੈ, ਅਗਰ ਤੁਹਾਡੀ ਸਰਕਾਰ ਹੈਗੀ ਤੁਸੀਂ ਕਿਵੇਂ ਦੇ ਵਿਕਾਸ ਕਰੋਗੇ? ਦੇਖੋ ਪਹਿਲੀ ਗੱਲ ਤੇ ਵੀ ਸਰਕਾਰ ਸਾਡੀ ਆਉਣੀ ਹੈ, ਅਸੀਂ ਸਰਵੇ ਕਰ ਕਰ ਵੇਖੇ ਨੇ ਤੇ 100% ਵੇਖੋ ਸਰਕਾਰ ਸਾਡੀ ਆਉਣੀ ਹੈ। ਤੇ ਦੂਜੀ ਗੱਲ ਇਹ ਵੀ ਅਸੀਂ ਲੋਕਾਂ ਨੂੰ ਸਮਾਰਟਫੋਨ ਦੇਵਾਂਗੇ ਤੇ ਨਹੀਂ ਸਮਾਰਟਫੋਨ ਦਾ ਕੀ ਫਾਇਦਾ? ਜਿਹੜੇ ਲੋਕ ਗਰੀਬ ਨੇ ਉਹ ਸਮਾਰਟਫੋਨਾਂ ਦਾ ਕੀ ਕਰਨਗੇ? ਉਹਨਾਂ ਦਾ ਖਰਚਾ ਵਧੇਗਾ ਨੈਟ ਦਾ। ਦੇਖੋ ਮੇਰੀ ਗੱਲ ਸੁਣੋ, ਅਸੀਂ ਸਮਾਰਟਫੋਨ ਦੇਵਾਂਗੇ, ਅਸੀਂ ਉਹਨਾਂ ਨੂੰ ਚਲਾਉਣੇ ਵੀ ਸਿਖਾਵਾਂਗੇ ਤੇ ਅਸੀਂ ਨੈਟ ਪੈਕ ਪਵਾ ਕੇ ਦੇਵਾਂਗੇ। ਨਹੀਂ ਨੈਟ ਪੈਕ ਤੇ ਲੋਕ ਦੇਖੋ ਨਾਲੇ ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ, ਇਹ ਆਪਾਂ ਨੂੰ ਭਟਕਾ ਰਹੇ ਨੇ ਤੇ ਮੈਂ ਤੁਹਾਨੂੰ ਦੱਸਦਾ ਵੀ ਵੇਖੋ ਅਸੀਂ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲੀ ਅਸੀਂ ਉਹਨਾਂ ਨੂੰ ਨੌਕਰੀ ਦੇਵਾਂਗੇ ਤੇ ਦੂਜੀ ਗੱਲ ਇਹ ਵੀ ਜਿੰਨਾ ਚਿਰ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਅਸੀਂ ਉਹਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਵਾਂਗੇ, 2500 ਰੁਪਇਆ ਮਹੀਨਾ ਘਰੋ ਘਰੀ ਪਹੁੰਚਦਾ ਕਰਾਂਗੇ ਤੇ ਵੇਖੋ ਜੱਟਾਂ ਦੇ ਕਰਜ਼ੇ ਮਾਫ ਕਰਾਂਗੇ ਕਿਉਂਕਿ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਬਿਲਕੁਲ ਨਹੀਂ ਚਾਹੁੰਦਾ ਕੈਪਟਨ ਦੀ ਸਰਕਾਰ, ਮੈਂ ਦੱਸਦਾ ਪੰਜਾਬ ਕੀ ਚਾਹੁੰਦਾ ਹੈ। ਸਾਡੇ ਭਗਵੰਤ ਮਾਨ ਸਾਹਿਬ ਨੇ ਕਿਹਾ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਹਾਰ ਲਗਾਤਾਰ 3ਜੀ ਵਾਰ। ਦੇਖੋ ਮੈਂ ਤੁਹਾਨੂੰ ਗੱਲ ਦੱਸਦਾ, ਕਦੇ ਕਾਂਗਰਸ ਕਦੇ ਅਕਾਲੀ ਵਿੱਚੋਂ ਨਿਕਲੇ ਦੋਵੇਂ ਖਾਲੀ, ਇੱਕ ਮੌਕਾ ਦੇ ਕੇ ਦੇਖੋ ਪਾਰ ਲੰਘਾ ਦੇਵਾਂਗੇ। ਅਸੀਂ ਹਰ ਇੱਕ ਘਰ ਵਿੱਚ ਮੋਦੀ ਨਵਾਂ ਬਣਾ ਦੇਵਾਂਗੇ, ਮੋਦੀ ਨਵਾਂ। ਵੇਖੋ ਇਹ ਵੇਖੋ ਵਾਸੀਆਂ ਖੇਡੀਆਂ ਕਰਨ ਆਏ ਨੇ, ਇਹ ਸੁਣਦੇ ਨੇ ਕਿ ਕੱਲਾ ਨੌਜਵਾਨ ਚਾਹ ਦੀ ਰੇੜੀ ਲਾ ਕੇ ਬਹਿ ਜਾਵੇ, ਇਹ ਸੁਣਦੇ ਨੇ ਕੱਲਾ ਨੌਜਵਾਨ ਚਾਹ ਦੀ ਰੇੜੀ ਲਾ ਕੇ ਬਹਿ ਜਾਵੇ, ਆਪਣਾ ਵਾਸੀਆਂ ਖੇਡੀਆਂ ਕਰਨ ਆਏ ਨੇ, ਆਪਣਾ ਸੁਣਾ ਖਰਾਬ ਕਰ ਰਹੇ ਨੇ। ਦੇਖੋ ਤੇ ਤਰੱਕੀ ਵੀ ਨਹੀਂ ਕਰ ਛੱਡਣੀ ਹੈ। ਨਹੀਂ ਤੁਸੀਂ ਮੁੱਦੇ ਤੋਂ ਨਾ ਭੜਕੋ, ਸਮਾਂ ਬਹੁਤ ਘੱਟ ਹੈ ਆਪਣੇ ਕੋਲ, ਮੁੱਦੇ ਤੋਂ ਨਾ ਭੜਕੋ। ਮੇਰਾ ਅਗਲਾ ਸਵਾਲ ਦੀਪਕ ਸਾਨੀ ਜੀ ਤੁਹਾਨੂੰ ਹੈ, ਅਗਰ ਤੁਹਾਡੀ ਸਰਕਾਰ ਹੈਗੀ ਤੁਸੀਂ ਕਿਵੇਂ ਦੇ ਵਿਕਾਸ ਕਰੋਗੇ? ਅਸੀਂ ਬਹੁਤ ਵਧੀਆ ਕੰਮ ਕਰਾਂਗੇ, ਸਾਡੀ ਸਰਕਾਰ ਬਹੁਜਨ ਸਮਾਜ ਪਾਰਟੀ ਸਭ ਤੋਂ ਅੱਗੇ ਆਏਗੀ, ਸਾਡੀ ਸਰਕਾਰ ਇਸ ਵਾਰ ਆਏਗੀ, ਅਸੀਂ ਬਹੁਤ ਵਿਕਾਸ ਕਰਾਂਗੇ ਪੰਜਾਬ ਦੀ ਤਰੱਕੀ। ਦੇਖੋ ਇਹਨਾਂ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ, ਇਹ ਕੋਈ ਪਾਰਟੀ ਹੈ, ਇਹ ਆਪਣਾ ਸਮਾਂ ਖਰਾਬ ਕਰ ਰਹੇ ਨੇ, ਕੋਈ ਫਾਇਦਾ ਨਹੀਂ। ਮੇਰੀ ਗੱਲ ਸੁਣ ਲਓ, ਮੇਰੀ ਗੱਲ ਇਹ ਹਰ ਇੱਕ ਗੱਲ ਦੀ ਟੋਕ ਰਹੇ ਨੇ, ਇਹਨਾਂ ਨੂੰ ਚੁੱਪ ਕਰਾਓ ਨਾ, ਚੁੱਪ ਸਭ ਨੂੰ ਮੌਕਾ ਮਿਲੇਗਾ, ਸਭ ਨੂੰ ਸਮਾਂ ਬਹੁਤ ਘੱਟ ਮੌਕਾ ਦੇਣਾ ਚਾਹੀਦਾ। ਮੇਰਾ ਅਗਲਾ ਸਵਾਲ ਬਿੱਟੂ ਬਰਾੜ ਜੀ ਤੁਹਾਨੂੰ ਹੈ, ਅਗਰ ਤੁਹਾਡੀ ਸਰਕਾਰ ਹੈਗੀ ਤੁਸੀਂ ਕਿਵੇਂ ਦਾ ਵਿਕਾਸ ਕਰੋਗੇ? ਨਹੀਂ ਅਗਰ ਤੋਂ ਕੀ ਮਤਲਬ ਹੈ ਤੁਹਾਡਾ? ਸਰਕਾਰ ਤੇ ਨਹੀਂ ਸਰਕਾਰ ਤੇ ਸਾਡੀ ਆਉਣੀ, ਸਾਡੀਆਂ ਵੋਟਾਂ ਪੱਕੀਆਂ ਹੋਈਆਂ ਨੇ, ਸਰਕਾਰ ਸਾਡੀ ਹੈਗੀ ਨਾਲੇ ਰਿਹਾ ਮਤਲਬ ਤਰੱਕੀ ਤੋਂ, ਤੇ ਅਸੀਂ ਪਹਿਲਾਂ ਵੀ ਬਹੁਤ ਤਰੱਕੀ ਕਰ ਚੁੱਕੇ ਹਾਂ ਤੇ ਹੁਣ ਅੱਗੇ ਵੀ ਕਰਦੇ ਰਹਾਂਗੇ। ਅਸੀਂ ਕਿਸਾਨਾਂ ਨੂੰ ਇਹੋ ਜਿਹੀਆਂ ਸਹੂਲਤਾਂ ਦੇਵਾਂਗੇ ਕਿ ਕਿਸਾਨ ਘਰੇ ਬਹਿ ਬਹਿ ਕੇ ਖਾਣੀ। ਦੇਖੋ ਕਿਸਾਨ ਦੇ ਘਰ ਬਹਿ ਬਹਿ ਕੀ ਖਾਣਗੇ ਨਾ, ਇਹਨਾਂ ਨੇ ਜੱਟਾਂ ਦੀਆਂ ਜ਼ਮੀਨਾਂ ਇਹਨੇ ਕਾਬਿਲ ਹੁੰਦੇ ਤੁਹਾਡੀ ਸਰਕਾਰ ਇਹਨੇ 10 ਸਾਲਾਂ ਤੋਂ ਕਿਉਂ ਨਹੀਂ ਆਈ? ਦੇਖੋ ਅਸੀਂ ਇਮਾਨਦਾਰ ਬੰਦੇ ਆ,
ਤੇ ਵੇਖੋ ਨਾਲੇ ਦੂਜੀ ਗੱਲ ਇਹ ਕਿ ਸਬਰ ਦਾ ਫਲ ਮਿੱਠਾ ਹੁੰਦਾ। ਵੇਖੋ ਮੇਰੀ ਗੱਲ ਸੁਣੋ, ਇਹਨਾਂ ਨੂੰ ਕਹੋ ਫਿਰ 5 ਸਾਲ ਸਬਰ ਹੋਰ ਕਰ ਲੈਣਾ, ਸਬਰ ਦਾ ਫਲ ਹੋਰ ਮਿੱਠਾ ਹੋ ਜਾਵੇ। ਵੇਖੋ ਇਹ ਮੁੱਦੇ ਤੋਂ ਭੱਜ ਰਹੇ ਨੇ, ਇਹ ਗੱਲ ਨਹੀਂ, ਇਹ ਗੱਲ ਮੇਰੇ ਪਰ ਗੱਲ ਹੈ। ਨਾ ਹਾਂਜੀ ਹਾਂਜੀ ਸਹੀ ਗੱਲ ਹੈ, ਚੁੱਪ ਸਭ ਨੂੰ ਮੌਕਾ ਮਿਲੇਗਾ, ਸਭ ਨੂੰ ਮੌਕਾ ਮਿਲੇਗਾ। ਅਗਲਾ ਸਵਾਲ ਪ੍ਰਕਾਸ਼ ਪੱਟੀ ਜੀ ਦਾ ਹੈ, ਹਾਂਜੀ ਹਾਂਜੀ ਮੈਂ ਸੁਣ ਰਿਹਾ। ਅਗਰ ਤੁਹਾਡੀ ਸਰਕਾਰ ਆ ਗਈ, ਤੁਸੀਂ ਮੁੱਖ ਮੰਤਰੀ ਕਿਹਨੂੰ ਬਣਾਓਗੇ? ਵੇਖੋ ਇਹ ਸਾਡੀ ਘਰ ਦੀ ਗੱਲ ਹੈ, ਸਾਡਾ ਆਪਸੀ ਮਾਮਲਾ ਹੈ, ਇਸ ਬਾਰੇ ਅਸੀਂ ਕੁਝ ਨਹੀਂ ਦੱਸ ਸਕਦੇ। ਵੇਖੋ ਇਹ ਗੱਲ ਬਿਲਕੁਲ ਗਲਤ ਹੈ, ਇਹਨਾਂ ਨੂੰ ਪਹਿਲਾਂ ਕਲੀਅਰ ਕਰਨਾ ਚਾਹੀਦਾ ਹੈ, ਅਸੀਂ ਪਹਿਲਾਂ ਕਲੀਅਰ ਕੀਤਾ ਤਾਂ ਸਾਡੇ ਕੈਪਟਨ ਸਾਹਿਬ ਬਣ ਗਏ। ਵੇਖੋ ਮੈਂ ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ, ਇਹਨਾਂ ਨੂੰ ਆਪਣੀਆਂ ਘਰ ਦੀਆਂ ਗੱਲਾਂ ਘਰੇ ਰੱਖਣੀਆਂ ਚਾਹੀਦੀਆਂ ਨੇ, ਪੋਲੀਟਿਕਸ ਨਹੀਂ ਲੈਣੀ ਚਾਹੀਦੀ। ਵੇਖੋ ਇਹ ਕੋਈ ਗੱਲ ਨਹੀਂ, ਸਭ ਨੂੰ ਮੌਕਾ ਮਿਲੇਗਾ। ਮੇਰਾ ਅਗਲਾ ਸਵਾਲ ਦੀਪਕ ਸਾਨੀ ਜੀ ਤੁਹਾਡੇ ਲਈ ਹੈ, ਇੰਨੇ ਸਾਲਾਂ ਤੁਹਾਡੀ ਸਰਕਾਰ ਬਾਹਰ ਉਗਰ ਕੇ ਕਿਉਂ ਨਹੀਂ ਆਈ? ਪਿਆਰੇ ਦੇਸ਼ ਵਾਸੀਓ, ਸਰਕਾਰ ਇੱਕ ਹੀ ਸਾਡੀ। ਚੁੱਪ ਕਰਾਓ, ਇਹਨਾਂ ਨੂੰ ਚੁੱਪ ਕਰਾਓ। ਅਸੀਂ ਦੇਖੋ ਇਹਨਾਂ ਦੇ ਸਾਡੀ ਪਾਰਟੀ ਹੈ, ਸਾਡੀ ਪਾਰਟੀ ਹੈ, ਸਾਡੀ ਵੀ ਪਾਰਟੀ ਹੈ। ਹਾਂਜੀ ਹਾਂਜੀ ਨਾ, ਤੁਹਾਨੂੰ ਸਭ ਨੂੰ ਹੱਕ ਦਿੱਤਾ ਹੈ। ਹਾਂਜੀ ਸਾਡੀ ਸਰਕਾਰ, ਦੇਸ਼ ਵਾਸੀਓ, ਆਪਣੀ ਪਾਰਟੀ ਹੈ, ਤੁਹਾਡੀ ਬਹੁਜਨ ਸਮਾਜ ਪਾਰਟੀ ਹੈ। ਕੋਈ ਸਮਾਗਮ ਕਰ ਰਹੇ ਨੇ, ਇਹ ਪਾਰਟੀ ਇਹ ਆਪਣੀ ਸਰਕਾਰ ਬਣਾਏਗੀ, ਅਸੀਂ ਜਿੱਤਾਂਗੇ, ਸਾਡੀ ਸਰਕਾਰ ਹੈ। ਮੇਰੀ ਇਹ ਰਿਕੁਐਸਟ ਹੈ ਕਿ ਇਹਨਾਂ ਤੋਂ ਸਵਾਲ ਨਾ ਪੁੱਛਿਆ ਜਾਵੇ, ਬਸ ਸਾਡਾ ਸਵਾਲ ਨਾ ਪੁੱਛਿਆ। ਸਭ ਨੂੰ ਮੌਕਾ ਮਿਲੇਗਾ। ਮੇਰਾ ਅਗਲਾ ਸਵਾਲ ਬਿੱਟੂ ਬਰਾੜ ਜੀ ਦਾ ਹੈ। ਮੈਂ ਲੋਕਾਂ ਨੂੰ ਸੁਣਿਆ ਕਹਿੰਦੇ ਜਿਹੜੇ ਤੁਸੀਂ ਆਟਾ ਦਾਲ ਮਤਲਬ ਆਟਾ ਦਾਲ ਸਕੀਮ ਭੇਜ ਹਾਂਜੀ ਹਾਂਜੀ ਸਾਡੀ ਸਕੀਮ ਹਾਂਜੀ ਚੱਲ ਰਹੀ ਹੈ, ਕਹਿੰਦੇ ਉਹ ਖਾਣ ਯੋਗ ਨਹੀਂ ਹੁੰਦੀ। ਨਹੀਂ ਇਹ ਗੱਲ ਸੱਚ ਹੈ, ਇਹ ਗੱਲ ਸੱਚ ਹੈ, ਉਹ ਖਾਣ ਯੋਗ ਨਹੀਂ ਹੁੰਦੀ। ਚੁੱਪ ਕਰਾਓ, ਇਹ ਸੱਚ ਹੈ। ਮੈਂ ਕਹਿ ਦੱਸਦਾ ਤੁਹਾਨੂੰ, ਜਿਹੜੀ ਅਸੀਂ ਆਟਾ ਦਾਲ ਸਾਰੀ ਭੇਜਦੇ ਹਾਂ, ਪਿੱਛੋਂ ਕਣਕ ਭੇਜਦੇ ਹਾਂ ਜਿਹੜੀ ਅਸੀਂ, ਇਹ ਇੱਥੇ ਟਰਾਲੀਆਂ 'ਚ ਬੰਦ ਹੋ ਕੇ ਆਉਂਦੀ ਹੈ, ਤੇ ਅੱਗੇ ਜਿਹੜੇ ਕਾਂਗਰਸ ਦੇ MLA ਹੁੰਦੇ ਨੇ, ਸਰਪੰਚ ਹੁੰਦੇ ਨੇ, ਇਹ ਸਾਡੀ ਸੜਕ ਨੂੰ ਖਰਾਬ ਕਰਦੇ ਨੇ। ਕੀ ਇਲਜ਼ਾਮ ਲਾ ਰਹੇ ਨੇ ਸਾਡੇ ਤੇ? ਇਲਜ਼ਾਮ ਲਾ ਰਹੇ ਨੇ? ਨਹੀਂ ਇਹ ਕੋਈ ਇਲਜ਼ਾਮ ਨਹੀਂ, ਇਹ ਸੱਚੀ ਸੱਚ ਸੱਚੀ ਹੁੰਦਾ। ਇਸੇ ਕਰਕੇ ਅਸੀਂ 2 ਰੁਪਏ ਕਿਲੋ ਕਣਕ ਦਿੰਦੇ ਆ ਰਹੇ ਹਾਂ ਤੇ ਦਿੰਦੇ ਹੀ ਰਵਾਂਗੇ। ਵੇਖੋ ਇਹ 2 ਰੁਪਏ ਕਿਲੋ ਆਟਾ ਦਾਲ ਦਿੰਦੇ ਨੇ ਨਾ, ਤੇ ਅਸੀਂ 1 ਰੁਪਏ ਕਿਲੋ ਦੇਵਾਂਗੇ, ਤੇ ਨਾਲ ਖੰਡ ਵੀ ਦੇਵਾਂਗੇ, ਤੇ ਨਾਲ ਪੱਤੀ ਵੀ ਦੇਵਾਂਗੇ। ਅਸੀਂ ਘਿਓ ਦੇਵਾਂਗੇ, ਅਸੀਂ ਮੱਝੀ ਦੇ ਦੇਵਾਂਗੇ, ਅਸੀਂ ਮੱਝੇ ਥੱਲੇ ਝਾੜੂ ਮਾਰ ਦੇਵਾਂਗੇ। ਇਹ ਕੋਈ ਗੱਲ ਬਣੀ ਯਾਰ? ਵੇਖੋ ਇਹ ਨਹੀਂ ਕੈਮਰਾਮੈਨ ਸੰਧੂ ਬਾਏ।